ਸਤਿ ਸ਼੍ਰੀ ਅਕਾਲ ਬਾਪੂ ਜੀ, ਅਸੀਂ PTC ਨਿਊਜ਼ ਤੋਂ ਆਏ ਹਾਂ। ਅੱਜ ਤੁਹਾਡੇ ਹਲਕੇ ਦੇ ਜਿਹੜੇ MLA ਸੀਗੇ ਡਾਕਟਰ ਰਾਜ ਕੁਮਾਰ, ਉਹਨਾਂ ਨੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ, ਕੀ ਸੋਚਦੇ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਚਾਹੇ ਸਾਡੀ ਪਾਰਟੀ ਮਾੜੀ ਹੋਵੇ ਚਾਹੇ ਚੰਗੀ ਹੋਵੇ, ਪਾਰਟੀ ਛੱਡਣੀ ਨਹੀਂ ਚਾਹੀਦੀ ਅਤੇ ਲੋਕਾਂ ਦਾ ਵਿਸ਼ਵਾਸ ਜਿਹਾ ਚੱਕਿਆ ਜਾਂਦਾ। ਅਤੇ ਰਾਜ ਕੁਮਾਰ ਨੂੰ ਵੋਟਾਂ ਪਈਆਂ ਕਾਂਗਰਸ ਦੇ ਨਾਂ 'ਤੇ, ਅੱਜ ਰਾਜ ਕੁਮਾਰ ਆਪਣੀ ਮਰਜ਼ੀ ਨਾਲ ਉੱਧਰ ਚਲ ਗਿਆ। ਜਨਤਾ ਦਾ ਉਹਨੇ ਕੋਈ ਸੁਲਾ ਸਫਾਈ ਥੋੜ੍ਹੀ ਕੀਤੀ, ਕਰਜ਼ਾ ਚੱਕ ਚੱਕ ਕੇ ਜਨਤਾ ਨੂੰ ਰਾਸ਼ਨ ਫਰੀ ਅਤੇ ਬਿਜਲੀ ਫਰੀ, ਕੀ ਮਤਲਬ ਹੋਇਆ? ਲੋਕ ਨਿਕੰਮੇ ਆ, ਕਮਾ ਨਹੀਂ ਸਕਦੇ। ਜਿਸ ਬੰਦੇ ਨੇ ਪਾਰਟੀ ਨੇ ਚੱਕਿਆ ਇਹਨੂੰ, ਤੁਸੀਂ ਉਹਨੂੰ ਧੋਖਾ ਦਿੰਦੇ ਆ ਅਤੇ ਉਹ ਬੰਦਾ ਵੋਟਾਂ ਕਿਉਂ ਭਰੂਗਾ? ਲੋਕਾਂ ਦਾ ਸਾਥ ਨਹੀਂ ਮਿਲਣਾ ਜੀ, ਉਹਨਾਂ ਸਾਥ ਨਹੀਂ ਮਿਲਣਾ। ਆਮ ਆਦਮੀ ਪਾਰਟੀ ਤੋਂ ਵੈਸੇ ਜਨਤਾ ਖਿਲਾਫ ਆ। ਮੈਂ ਕਹਿੰਦਾ ਵੀ ਉਹ ਕਿਸੇ ਪਾਰਟੀ 'ਚ ਨਾ ਜਾਵੇ, ਚੁੱਪ ਚਾਪ ਆਰਾਮ ਨਾਲ ਆਪਣੇ ਘਰ ਬੈਠੇ। ਲੋਕਾਂ ਦੀ ਸੋਚ ਜਾਣਨ ਦੀ ਕੋਸ਼ਿਸ਼ ਕਰਾਂਗੇ, ਲੋਕਾਂ ਤੋਂ ਇਹ ਗੱਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਜਿੱਤ ਉਹਨਾਂ ਨੇ ਡਾਕਟਰ ਰਾਜ ਕੁਮਾਰ ਦੀ ਝੋਲੀ ਪਾਈ ਸੀ, ਅੱਜ ਉਹ ਪਾਰਟੀ ਬਦਲ ਕੇ ਹੋਰ ਪਾਰਟੀ ਚਲੇ ਗਏ ਹਨ, ਅਤੇ ਇਹ ਜਿਹੜੀਆਂ ਕਿਆਸ ਰਾਈਆਂ ਲਗਾਤਾਰ ਇਹ ਵੀ ਲਗਾਈਆਂ ਜਾ ਰਹੀਆਂ ਹਨ ਕਿ ਹੁਣ ਜਿਹੜਾ ਲੋਕ ਸਭਾ ਚੋਣਾਂ ਹਨ ਉਹ ਆਮ ਆਦਮੀ ਪਾਰਟੀ ਵੱਲੋਂ ਲੜਨਗੇ। ਸੋ ਜਿਹਨਾਂ ਲੋਕਾਂ ਨੇ ਆਸਾਂ ਉਮੀਦਾਂ ਨਾਲ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਵੋਟਾਂ ਪਾਈਆਂ, ਅੱਜ ਉਹ ਕਿਵੇਂ ਦਾ ਮਹਿਸੂਸ ਕਰਦੇ ਹਨ? ਕੋਸ਼ਿਸ਼ ਕਰਾਂਗੇ ਲੋਕਾਂ ਤੋਂ ਜਾਣਨ ਦੀ, ਇੱਥੇ ਦੇ ਇਲਾਕੇ ਦੇ ਲੋਕਾਂ ਤੋਂ ਜਾਣਨ ਦੀ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ PTC ਨਿਊਜ਼ ਤੋਂ ਆਏ ਹਾਂ। ਅੱਜ ਤੁਹਾਡੇ ਹਲਕੇ ਦੇ ਜਿਹੜੇ MLA ਸੀਗੇ ਡਾਕਟਰ ਰਾਜ ਕੁਮਾਰ, ਉਹਨਾਂ ਨੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ, ਕੀ ਸੋਚਦੇ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਚਾਹੇ ਸਾਡੀ ਪਾਰਟੀ ਮਾੜੀ ਹੋਵੇ ਚਾਹੇ ਚੰਗੀ ਹੋਵੇ, ਪਾਰਟੀ ਛੱਡਣੀ ਨਹੀਂ ਚਾਹੀਦੀ ਅਤੇ ਲੋਕਾਂ ਦਾ ਵਿਸ਼ਵਾਸ ਜਿਹਾ ਚੱਕਿਆ ਜਾਂਦਾ। ਲੋਕਾਂ ਨੇ ਉਦੋਂ ਜਿਤਾਇਆ ਇਹਨਾਂ ਨੂੰ ਜਦੋਂ ਕਿ ਪੂਰੇ ਪੰਜਾਬ ਦੇ ਵਿੱਚ 92 ਸੀਟਾਂ ਆਮ ਆਦਮੀ ਪਾਰਟੀ ਨੇ ਲਈਆਂ। ਅੱਜ ਜਿਹੜੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ, ਉਹ ਕਿੱਦਾਂ ਠੱਗਿਆ ਮਹਿਸੂਸ ਕਰ ਰਹੇ? ਨਹੀਂ, ਮੁਸ਼ਕਲ ਜਿਹੀ ਗੱਲ ਹੋਣੀ ਹੈ, ਕਿਉਂਕਿ ਜਿਹੜਾ ਬੰਦੇ ਜਿਸ ਬੰਦੇ ਨੇ ਪਾਰਟੀ ਨੇ ਚੱਕਿਆ ਇਹਨੂੰ, ਤੁਸੀਂ ਉਹਨੂੰ ਧੋਖਾ ਦਿੰਦੇ ਆ ਅਤੇ ਉਹ ਬੰਦਾ ਵੋਟਾਂ ਕਿਉਂ ਭਰੂਗਾ? ਤੁਸੀਂ ਇੱਕ ਇੱਕ ਵੋਟ ਪਾ ਕੇ ਜਿਤਾਇਆ, ਕਿੱਦਾਂ ਦਾ ਠੱਗਿਆ ਮਹਿਸੂਸ? ਨਹੀਂ, ਬੰਦਾ ਵਧੀਆ ਸੀਗਾ, ਪਰ ਜਿਹੜਾ ਆ ਕੇ ਹੁਣ ਐਂਡ 'ਤੇ ਆ ਕੇ ਦੂਜਾ ਹੋ ਗਿਆ, ਇਹਦੇ ਵਿੱਚ ਬਹੁਤ ਫਰਕ ਪੈਣਾ। ਹੁਣ ਅੱਗੇ ਕਹਿੰਦੇ ਪਏ ਲੋਕ ਸਭਾ ਇਲੈਕਸ਼ਨ ਵੀ ਲੜਨੇ ਜੀ ਇਹਨਾਂ ਨੂੰ। ਦੇਖੋ ਜੀ, ਲੋਕ ਸਭਾ ਇਲੈਕਸ਼ਨ 'ਤੇ ਮੈਂ ਵੀ ਜਿਹੜਾ ਦੂਜਾ ਹੋਈ ਸੀ ਹਿਸਾਬ ਨਾਲ ਸੀ, ਅਸੀਂ ਕਿਉਂ ਅਕਾਲੀ ਪਾਰਟੀਆਂ ਸਾਡੇ ਜੁਆਇਨ ਹੋ। ਅੱਜ ਇੱਥੇ ਦੇ MLA ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ, ਕੀ ਸੋਚਦੇ ਹੋ ਇਸ ਬਦਲਾਅ ਬਾਰੇ? ਜਨਤਾ ਨਹੀਂ ਇਸ ਕੰਮ 'ਚ ਕਹਿੰਦੀ ਵੀ, ਜਿਹੜੀ ਜਨਤਾ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਉਹ ਨਹੀਂ ਚਾਹੁੰਦੀ ਸੀ ਕਿ ਰਾਜ ਕੁਮਾਰ ਉੱਧਰ ਜਾਵੇ, ਅਤੇ ਰਾਜ ਕੁਮਾਰ ਨੂੰ ਵੋਟਾਂ ਪਈਆਂ ਕਾਂਗਰਸ ਦੇ ਨਾਂ 'ਤੇ, ਅਤੇ ਅੱਜ ਰਾਜ ਕੁਮਾਰ ਆਪਣੀ ਮਰਜ਼ੀ ਨਾਲ ਉੱਧਰ ਚਲ ਗਿਆ। ਜਨਤਾ ਦਾ ਉਹਨੇ ਕੋਈ ਸੁਲਾ ਸਫਾਈ ਥੋੜ੍ਹੀ ਕੀਤੀ, ਜਦ ਜਨਤਾ ਨਾਲ ਕੋਈ ਆਪਣਾ ਉਹ ਨਹੀਂ ਰੱਖਿਆ। ਚੱਬੇਵਾਲ ਦੀ ਗੱਲ ਕਰੀਏ ਤਾਂ ਚੱਬੇਵਾਲ ਦੀ ਜਨਤਾ ਨੇ ਉਦੋਂ ਡਾਕਟਰ ਰਾਜ ਨੂੰ ਜਿਤਾਇਆ ਜਦੋਂ ਆਮ ਆਦਮੀ ਪਾਰਟੀ 92 ਸੀਟਾਂ ਨਾਲ ਜਿੱਤੀ, ਜਦੋਂ ਕਿ ਕੋਈ ਆਸਾਰ ਨਹੀਂ ਸੀ। ਐਡੇ ਵੱਡੇ ਵਿਸ਼ਵਾਸ ਤੋਂ ਬਾਅਦ ਵੀ ਜਿਹੜਾ ਇਹ ਚੇਂਜ ਹੋਇਆ, ਇਹਨੂੰ ਕਿੱਦਾਂ ਮੰਨਦੇ ਹੋ? ਇਹ ਉਹਦੇ ਆਪਣੇ ਵਿਚਾਰ ਆ ਜੀ, ਰਾਜ ਕੁਮਾਰ ਡਾਕਟਰ ਦੇ ਉਹ ਆਪਣੇ ਰਾਜਨੀਤੀ ਦੇ ਹਿਸਾਬ ਨਾਲ ਆਪਣਾ ਫਾਇਦੇ ਵਾਸਤੇ ਗਏ, ਉੱਧਰ ਜਨਤਾ ਦੇ ਫਾਇਦੇ ਵਾਸਤੇ ਨਹੀਂ ਗਏ ਉਹ। ਅੱਗੇ ਹੁਣ ਕਹਿੰਦੇ ਪਏ ਵੀ ਲੋਕ ਸਭਾ ਚੋਣਾਂ ਵੀ ਲੜੂਗੇ ਆਮ ਆਦਮੀ ਪਾਰਟੀ ਵੱਲੋਂ, ਤਾਂ ਲੱਗਦਾ ਹੈ ਲੋਕ ਹੁਣ ਸਾਥ ਦਊ? ਲੋਕਾਂ ਦਾ ਸਾਥ ਨਹੀਂ ਮਿਲਣਾ ਜੀ, ਉਹਨਾਂ ਸਾਥ ਨਹੀਂ ਮਿਲਣਾ। ਆਮ ਆਦਮੀ ਪਾਰਟੀ ਤੋਂ ਵੈਸੇ ਜਨਤਾ ਖਿਲਾਫ ਆ, ਆਮ ਆਦਮੀ ਜਨਤਾ ਪਾਰਟੀ ਤੋਂ ਵੈਸੇ ਦੁਖੀ ਆ। ਆਮ ਆਦਮੀ ਜਨਤਾ ਪਾਰਟੀ ਨੇ ਦਿੱਤਾ ਕਿਸੇ ਨੂੰ ਕੀ ਹੈ? ਕਰਜ਼ਾ ਚੱਕ ਚੱਕ ਕੇ ਜਨਤਾ ਨੂੰ ਰਾਸ਼ਨ ਫਰੀ ਅਤੇ ਬਿਜਲੀ ਫਰੀ, ਕੀ ਮਤਲਬ ਹੋਇਆ? ਲੋਕ ਨਿਕੰਮੇ ਆ, ਕਮਾ ਨਹੀਂ ਸਕਦੇ। ਕਿਤੇ ਨਾ ਕਿਤੇ ਇਸ ਫੈਸਲੇ ਨੂੰ ਗਲਤ ਮੰਨ? ਬਿਲਕੁਲ ਗਲਤ ਹੈ ਜੀ। ਮੈਂ ਤਾਂ ਕਹਿੰਦਾ ਉੱਥੇ ਵੀ ਨਾ ਜਾਵੇ, ਕਿਉਂ ਉੱਥੇ ਜਾ ਕੇ ਵੀ ਇਹਨੇ ਕੀ ਕਰਨਾ? ਜੇ ਇੱਥੇ ਸਾਡਾ ਨਹੀਂ ਕਰ ਸਕਿਆ, ਸਾਡਾ ਨਾਲ ਰਿਸ਼ਤੇਦਾਰ ਨਿੱਜੀ ਮੇਰੇ ਪੋਤੇ ਦਾ ਪੁੱਤ ਦਾ ਉਹ ਰਿਸ਼ਤੇਦਾਰ, ਔਰ ਆਹ
ਸਰਪੰਚ ਨੇ ਤਾਂ ਤੁਸੀਂ ਦੇਖ ਲਓ, ਉੱਧਰ ਨਾਲੀਆਂ ਨੂੰ ਕਹਿੰਦੀਆਂ ਪਟਵਨ ਬਣਾ ਦਿੱਤੀਆਂ, ਰਾਜ ਨੇ ਸਾਡੇ ਵੱਲ ਇੱਧਰ ਠੁੱਕਿਆ ਵਕਤ ਤੱਕ ਨਹੀਂ। ਤੁਸੀਂ ਜਿਹੜਾ ਉਹਦਾ ਇਹ ਫੈਸਲਾ ਹੈ ਉਹਨੂੰ ਕਿਵੇਂ ਦੇਖਦੇ ਹੋ? ਮੈਂ ਕਹਿੰਦਾ ਵੀ ਉਹ ਕਿਸੇ ਪਾਰਟੀ 'ਚ ਨਾ ਜਾਵੇ, ਚੁੱਪ ਚਾਪ ਆਰਾਮ ਨਾਲ ਆਪਣੇ ਘਰ ਬੈਠੇ। ਹੁਣ ਇਹ ਵੀ ਕਿਹਾ ਜਾ ਰਿਹਾ ਵੀ ਡਾਕਟਰ ਰਾਜ ਹੁਣ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਦੇ ਇਲੈਕਸ਼ਨ ਲੜੂਗਾ, ਤਾਂ ਲੋਕੀ ਸਾਥ ਦਊਗੇ? ਮੈਂ ਤਾਂ ਕਹੂੰਗਾ ਨਹੀਂ ਦਊਗੇ, ਜਿਹਨਾਂ ਦਾ ਕੰਮ ਕੀਤਾ ਉਹਨਾਂ ਦਾ ਦਊਗੇ, ਸਾਡਾ ਤਾਂ ਕੋਈ ਨਹੀਂ ਦੇ ਸਕਦਾ। ਸਿੱਧੀ ਗੱਲ ਆ, ਅਸੀਂ ਇੱਥੇ ਉਹਦਾ ਸਟੈਂਡ ਲਾਇਆ ਆ ਸਾਹਮਣੇ ਗੇਟ ਦੇ ਅੰਦਰ, ਔਰ ਇੱਥੇ ਖੜ ਕੇ ਅਸੀਂ ਉਹਦਾ ਉਹਦੀ ਪੁੱਠੀ ਪੀਰੀ, ਲੇਕਿਨ ਉਸਨੇ ਸਾਡੇ ਵੱਲ ਤੱਕਿਆ ਤੱਕ ਨਹੀਂ। ਇਹ ਫੈਸਲਾ ਉਹਦਾ ਗਲਤ ਵਾ ਜੀ, ਜਿਹਨਾਂ ਲੋਕਾਂ ਨੇ ਉਹਨੂੰ ਵੋਟਾਂ ਪਾਈਆਂ ਉਹ ਕੀ ਸੋਚੂਗੇ ਉਹਦੇ ਬਾਰੇ? ਇਹ ਗਲਤ ਕੰਮ ਕੀਤਾ ਉਹਨੇ। ਡਾਕਟਰ ਰਾਜ ਨੂੰ ਚੱਬੇਵਾਲ ਦੇ ਲੋਕਾਂ ਨੇ ਉਦੋਂ ਜਿਤਾਇਆ ਜਦੋਂ ਆਮ ਆਦਮੀ ਪਾਰਟੀ ਦੀ ਹਵਾ ਸੀ। ਹਾਂਜੀ, 92 ਸੀਟਾਂ ਨੇ ਆਮ ਆਦਮੀ ਪਾਰਟੀ ਜਿੱਤੀ। ਅੱਜ ਉਹ ਲੋਕ ਆਪਣੇ ਨਾਲ ਕਿੱਦਾਂ ਦਾ ਮਹਿਸੂਸ ਕਰਦੇ, ਤੁਸੀਂ ਸਾਰੇ ਆਪਣੇ ਨਾਲ ਕਿੱਦਾਂ ਦਾ? ਉਹ ਠਗਿਆ ਮਹਿਸੂਸ ਕਰਦੇ ਆ ਜੀ, ਉਹਨੇ ਗਲਤ ਕੰਮ ਕੀਤਾ ਬਹੁਤ। ਅੱਗੇ ਕਿਹਾ ਜਾ ਰਿਹਾ ਕਿ ਡਾਕਟਰ ਰਾਜ ਕੁਮਾਰ ਹੁਣ ਲੋਕ ਸਭਾ ਇਲੈਕਸ਼ਨ ਆਮ ਆਦਮੀ ਪਾਰਟੀ ਵੱਲੋਂ ਲੜੂਗੇ, ਤਾਂ ਕੀ ਚੱਬੇਵਾਲ ਸਾਥ ਦਊਗਾ? ਨਹੀਂ ਜੀ। ਉਹਨਾਂ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ? ਸਰ ਇਹ ਉਹਨਾਂ ਦਾ ਬਹੁਤ ਗਲਤ ਫੈਸਲਾ ਹੈ, ਕਿਉਂਕਿ ਜਿਹੜੇ ਉਹਨਾਂ ਦੇ ਸਮਰਥਕ ਸੀ ਉਹਨਾਂ ਲਈ ਇਹ ਬਹੁਤ ਵੱਡਾ ਝਟਕਾ ਆ, ਕਿਉਂਕਿ ਇੱਕਦਮ ਹੀ ਉਹ ਪਾਰਟੀ ਛੱਡ ਕੇ ਹੋਰ ਜਿੱਦਾਂ ਆਮ ਆਦਮੀ ਵਿੱਚ ਰਲ ਗਏ। ਇਸ ਨਾਲ ਜਿਹੜੇ ਉਹਨਾਂ ਦਾ ਇਲਾਕੇ 'ਚ ਜੋ ਵਿਸ਼ਵਾਸ ਹੈ ਉਹ ਘੱਟ ਗਿਆ ਬਹੁਤ। ਹੁਣ ਕਿਹਾ ਜਾ ਰਿਹਾ ਵੀ ਅੱਗੇ ਲੋਕ ਸਭਾ ਇਲੈਕਸ਼ਨ ਵੀ ਲੜੂਗੇ, ਤਾਂ ਕੀ ਜਿਹੜਾ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਸੀ, ਵੋਟਾਂ ਪਾਈਆਂ ਸੀ, ਸਮਰਥਨ ਦਿੱਤਾ ਸੀ, ਉਹ ਹੁਣ ਅੱਗੇ ਸਾਥ ਦਊਗੇ ਉਹਨਾਂ ਦਾ? ਜੀ ਬਹੁਤ ਬਿਲਕੁਲ ਨਹੀਂ, ਸਾਡੇ ਖਿਆਲ ਨਾਲ ਤਾਂ ਨਹੀਂ, ਕਿਉਂਕਿ ਹੁਣ ਲੋਕਾਂ ਦਾ ਜਿਹੜਾ ਮਾਇੰਡ ਉਹ ਬਹੁਤ ਚੇਂਜ ਹੋ ਜਾਣਾ ਇਸ ਝਟਕੇ ਨਾਲ ਅਤੇ ਉਹਨਾਂ ਦੇ ਫੈਸਲੇ ਨਾਲ। ਚੱਬੇਵਾਲ ਨੇ ਬੜਾ ਵੱਡਾ ਸਮਰਥਨ ਦਿੱਤਾ ਡਾਕਟਰ ਸਾਹਿਬ ਨੂੰ। ਹਾਂਜੀ, ਅੱਜ ਚੱਬੇਵਾਲ ਦੇ ਲੋਕ ਕਿਵੇਂ ਨਾਲ ਮਹਿਸੂਸ ਕਰ ਰਹੇ? ਜੀ ਉਹਨਾਂ ਨੂੰ ਆਪਣੇ ਫੈਸਲੇ ਦੀ ਮਤਲਬ ਗਲਤੀ ਮਹਿਸੂਸ ਹੋ ਰਹੀ ਹੋਣੀ ਕਿ ਉਹਨਾਂ ਨੇ ਇਹਨਾਂ ਨੂੰ ਚੁਣਿਆ, ਕਿਉਂਕਿ ਜਿਹੜਾ ਉਹਨੇ ਇੱਕਦਮ ਹੀ ਜੋ ਫੈਸਲਾ ਲਿਆ ਬਹੁਤ ਹੀ ਮਤਲਬ ਕਿਸੇ ਨੂੰ ਸਮਝ ਹੀ ਨਹੀਂ ਆ ਰਹੀ ਹੋਣੀ ਕਿ ਇੱਕਦਮ ਹੀ ਕੀ ਹੋਇਆ ਉਹਨਾਂ ਨੂੰ। ਹਲਕਾ ਚੱਬੇਵਾਲ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਨੇ ਅੱਜ ਪਾਰਟੀ ਬਦਲੀ ਹੈ, ਕਾਂਗਰਸ ਛੱਡ ਕੇ ਉਹ ਆਮ ਆਦਮੀ ਪਾਰਟੀ 'ਚ ਪਹੁੰਚੇ ਹਨ, ਜਿੱਥੇ ਅਸੀਂ ਇਸ ਬਾਰੇ ਹਲਕਾ ਚੱਬੇਵਾਲ ਦੀ ਜਨਤਾ ਨਾਲ ਗੱਲ ਕੀਤੀ ਹੈ, ਉਹਨਾਂ ਵੋਟਰਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਕਿ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਸੀ, ਉੱਥੇ ਹੀ ਅਸੀਂ ਹੁਣ ਪਹੁੰਚੇ ਹਾਂ ਹੁਸ਼ਿਆਰਪੁਰ ਦੇ ਵਿੱਚ, ਜਿੱਥੇ ਕਿ ਯੂਥ ਦੇ ਅਸੈਂਬਲੀ ਪ੍ਰਧਾਨ ਰਿਸ਼ੂ ਆਦੀਆ ਸਾਡੇ ਨਾਲ ਮੌਜੂਦ ਹਨ, ਕਾਂਗਰਸ ਦੇ ਯੂਥ ਅਸੈਂਬਲੀ ਯੂਥ ਪ੍ਰਧਾਨ ਹਨ, ਉਹਨਾਂ ਨਾਲ ਗੱਲ ਕਰਾਂਗੇ। ਪਹਿਲਾਂ ਤਾਂ ਰਿਸ਼ੂ ਜੀ ਤੁਹਾਡੇ ਕੋਲ ਇਹ ਜਾਣਨਾ ਚਾਹਾਂਗੇ ਕਿ ਲਗਾਤਾਰ ਹੁਣ ਪਿਛਲੇ ਕਾਫੀ ਸਮੇਂ ਤੋਂ ਤੁਸੀਂ ਕਾਂਗਰਸ ਨੂੰ ਸਟਰੋਂਗ ਕਰਨ ਲਈ ਪ੍ਰਯਾਸ ਕਰ ਰਹੇ ਹੋ, ਉਹਦੇ ਦੌਰਾਨ ਜਿਹੜਾ ਇਹ ਇੱਕ ਫੇਰ ਬਦਲ ਹੋਇਆ ਆ, ਇੱਕ ਤੁਹਾਡੇ MLA ਨੇ ਝਟਕਾ ਦਿੱਤਾ ਹੈ ਔਰ BJP ਦੇ ਵਿੱਚ ਸ਼ਾਮਿਲ ਹੋ ਗਏ ਹੈ, ਇਹਦੇ ਬਾਰੇ ਕੀ ਸੋਚਦੇ ਹੋ ਇਸ ਫੈਸਲੇ ਬਾਰੇ? ਦੇਖੋ ਜੀ, ਪਹਿਲਾਂ ਤਾਂ ਮੈਂ ਕਾਂਗਰਸ ਪਾਰਟੀ ਹਾਈਕਮਾਂਡ ਨੂੰ ਇੰਨੀ ਬੇਨਤੀ ਕਰੂੰਗਾ ਕਿ ਜਿਹੜੇ MLA ਕੋਈ ਜਿੱਤਦਾ ਚਾਹੇ ਕੋਈ ਸਾਬਕਾ ਵਾ, ਉਹਨਾਂ 'ਤੇ ਇੰਨੀਆਂ ਜ਼ਿੰਮੇਵਾਰੀ ਨਾ ਸਿੱਟਦੇ ਕਰੋ ਕਿ ਅਗਲੇ ਜ਼ਿਆਦਾ ਆਪਣੇ ਆਪ ਨੂੰ ਪਾਰਟੀ ਦੇ ਉੱਪਰ ਸਮਝਣ ਤਾਂ ਜਦੋਂ ਮਰਜ਼ੀ ਆਪਣਾ ਫੈਸਲੇ ਲੈ ਕੇ ਪਾਰਟੀ ਛੱਡ ਛੱਡ ਜਾਣ। ਤੁਸੀਂ ਦੇਖ ਸਕਦੇ ਹੋ ਪਿਛਲੇ ਸਮੇਂ ਤੋਂ ਪਹਿਲਾਂ ਵੀ ਇੱਕ JP ਜਿਹੜੇ ਵੱਡੇ ਲੀਡਰ ਨੇ ਉਹ ਛੱਡ ਕੇ ਸਾਥ ਗਏ ਨੇ, ਹੁਣ ਆਪਣੇ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਜਿਹੜੇ ਇਹਨਾਂ ਨੂੰ ਪਾਰਟੀ ਨੇ ਸਾਰਾ ਕੁਝ ਦਿੱਤਾ, ਮਾਣ ਸਾਰਾ ਬਖਸ਼ਿਆ ਵਾ। ਦੇਖੋ MLA 2 ਵਾਰ ਬਣ ਚੁੱਕੇ, ਓਪੋਜੀਸ਼ਨ ਲੀਡਰ ਲਗਾਏ ਆ, ਇੱਦਾਂ ਦੇ ਆ ਜਿਹੜੇ ਵੱਡੇ ਲੀਡਰਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਆ ਕਿ ਆਪਣੇ ਨਿੱਜੀ ਫਾਇਦੇ ਲਈ ਪਾਰਟੀ ਛੱਡਦੇ ਆ, ਲੋਕਾਂ ਨੂੰ ਬੇਵਕੂਫ ਬਣਾਉਂਦੇ ਆ, ਲੋਕਾਂ ਦੀ ਜਿਹੜੀ ਵੋਟਾਂ ਜਿੱਤੇ ਹੁੰਦੇ ਆ ਆਪਣੇ ਸਿਰਫ ਆਪਣੇ ਪਰਚਿਆਂ ਤੋਂ ਬਚਣ ਲਈ ਆਪਣੇ ਨਿੱਜੀ ਫਾਇਦੇ ਲੈਣ ਨੂੰ ਇਹ ਸਰਕਾਰਾਂ ਛੱਡ ਕੇ ਦੂਜੀ ਸਰਕਾਰ 'ਚ ਜਿਹੜੀ ਮੌਜੂਦਾ ਸਰਕਾਰਾਂ ਉਹਨਾਂ 'ਚ ਜਾ ਕੇ ਜੁਆਇਨ ਕਰ ਲੈਂਦੇ ਇਹਨਾਂ ਨੂੰ। ਬੀਤੇ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਡਾਕਟਰ ਇਹ ਉਹੀ ਡਾਕਟਰ ਰਾਜ ਕੁਮਾਰ ਨੇ ਜਿਹਨਾਂ 'ਤੇ ਵਿਜੀਲੈਂਸ ਨੇ ਵੀ ਆਪਣਾ ਸ਼ਿਕੰਜਾ ਕੱਸਿਆ ਸੀ, ਫੇਕ ਲੈਟਰ ਸਕੈਮ ਦੇ ਵਿੱਚ ਇਹਨਾਂ ਦਾ ਨਾਮ ਆਇਆ ਸੀ,
ਔਰ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਜ਼ਮਾਨਤ ਕਰਾਈ ਸੀ ਤਾਂ ਕਿਤੇ ਨਾ ਕਿਤੇ ਲੱਗਦਾ ਹੈ ਵੀ ਹੁਣ ਉਹੀ ਚੀਜ਼ਾਂ ਉਹੀ ਸਮਝੌਤੇ ਹੋ ਗਏ ਤਾਂ ਜੀ ਬਿਲਕੁਲ ਬਿਲਕੁਲ ਜੀ ਦੇਖੋ ਪਿੱਛੇ ਅਸੈਂਬਲੀ 'ਚ ਇਹਨਾਂ ਨੇ ਆਪਣੀ ਜਿਹੜੀ ਪੰਡ ਲੈ ਕੇ ਗਏ ਸੀਗੇ ਅਤੇ ਸੰਗਲ ਲੈ ਕੇ ਗਏ ਸੀਗੇ ਇਹਨਾਂ ਨੇ ਸੰਗਲ ਆਪਣੀ ਜਾ ਕੇ ਆਪਦੀ ਸਰਕਾਰ ਦੇ ਇਹਨੂੰ ਹੱਥ 'ਚ ਫੜਾਈ ਹੈ ਕਿ ਮੇਰੀ ਸੰਗਲ ਤੁਹਾਡੇ ਹੱਥ 'ਚ ਵਾ ਕਿਉਂਕਿ ਤੁਸੀਂ ਦੇਖ ਸਕਦੇ ਸੀ ਐਮ ਜਿਹੜੇ ਆਪਣੇ ਭਗਵੰਤ ਮਾਨ ਜੀ ਹੈ ਉਹਨਾਂ ਨੇ ਇਹਨਾਂ ਨੂੰ ਧਮਕੀ ਦਿੱਤੀ ਸੀ ਪਿਛਲੇ ਸ਼ਰੇਆਮ ਧਮਕੀ ਦੇ ਗਏ ਕਿ ਤੁਹਾਡੀਆਂ ਫਾਈਲਾਂ ਖਿਲਾ ਦਾਂਗੇ ਇਹਨਾਂ ਨੂੰ ਆਪਣਾ ਡਰ ਪੈ ਗਿਆ ਸੀਗਾ ਕਿ ਉਹੀ ਵਿਜੀਲੈਂਸ ਨੇ ਦੁਬਾਰਾ ਇਹਨਾਂ 'ਤੇ ਸ਼ਿਕੰਜਾ ਕੱਸਣਾ ਵਾ ਇਹ ਪਹਿਲਾਂ ਹੀ ਤੁਹਾਨੂੰ ਪਤਾ ਬੇਲ 'ਤੇ ਬਾਹਰ ਵਾ ਅਤੇ ਇਹਨਾਂ ਨੂੰ ਆਪਣਾ ਡਰ ਇੰਨਾ ਸੀਗਾ ਕਿ ਇਹਨਾਂ ਨੂੰ ਪਤਾ ਵਾ ਥੋੜ੍ਹੇ ਦਿਨਾਂ 'ਚ ਇਹਨਾਂ ਨੇ ਵਿਜੀਲੈਂਸ ਨੇ ਰੇਡ ਕਰਨੀ ਹੈ ਅਤੇ ਇਹਨਾਂ ਨੂੰ ਜੇਲ੍ਹ ਜਾਣੇ ਪੈਣਾ ਵਾ ਇਹ ਜੇਲ੍ਹ ਦੇ ਡਰ ਤੋਂ ਹੀ ਉੱਧਰ ਗਏ ਸਰਕਾਰ 'ਚ ਰਿਸ਼ੂ ਜੇਕਰ ਗੱਲ ਕਰੀਏ ਤਾਂ ਇੱਕ ਯੂਥ ਜਿਹੜਾ ਨਾ ਯੂਥ ਇੱਕ ਸਾਡੇ ਸਮਾਜ ਲਈ ਇੱਕ ਅਹਿਮ ਰੋਲ ਅਦਾ ਕਰਦਾ ਹੈ ਤਾਂ ਤੁਸੀਂ ਯੰਗਸਟਰ ਹੋ ਤਾਂ ਤੁਸੀਂ ਕੀ ਸੋਚਦੇ ਹੋ ਵੀ ਜੇ ਜਿਹੜੇ ਜੇ ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਨੇ ਹੁਣ ਪਾਰਟੀ ਬਦਲੀ ਹੈ ਔਰ ਆਉਣ ਵਾਲੇ ਦਿਨਾਂ 'ਚ ਇਹ ਵੀ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਡਾਕਟਰ ਰਾਜ ਕੁਮਾਰ ਜਿਹੜਾ ਆ ਹੁਣ ਉਹ ਲੋਕ ਸਭਾ ਇਲੈਕਸ਼ਨ ਲੜਨਗੇ ਤਾਂ ਲੋਕ ਜਿਹੜੇ ਹਨ ਉਹ ਹੀ ਸਮਰਥਨ ਦੇਣਗੇ? ਦੇਖੋ ਜੀ ਮੈਂ ਤਾਂ ਲੋਕਾਂ ਨੂੰ ਕਹੂੰਗਾ ਲੋਕ ਦੇਖੋ ਸਮਝਦਾਰ ਬਣਨ, ਤੁਸੀਂ ਦੇਖ ਸਕਦੇ ਆ ਜਿਹੜੇ ਆਪਣੇ ਨਿੱਜੀ ਫਾਇਦੇ ਲਈ ਪਾਰਟੀਆਂ ਬਦਲ ਸਕਦੇ ਆ, ਇਹਨਾਂ ਸਭ ਕੁਝ ਮਿਲਣ ਤੋਂ ਬਾਅਦ ਸਭ ਕੁਝ ਮਿਲਣ ਤੋਂ ਬਾਅਦ ਆਪਣਾ ਕਰ ਸਕਦੇ ਆ। ਤੁਸੀਂ ਦੇਖ ਸਕਦੇ ਆ ਆਪਣੇ ਸ਼ਰੇਆਮ ਅਗਲੇ ਸਾਨੂੰ ਮੂਰਖ ਬਣਾਉਂਦੇ ਆ, ਇਹ ਸਾਡੇ 'ਤੇ ਹੱਸ ਰਿਹਾ। ਦੇਖੋ ਕੈਮਰਾ ਮੈਨ ਨੂੰ ਰਿਕੁਐਸਟ ਕਰੂੰਗਾ ਦਿਖਾਇਆ ਜਾਵੇ, ਇਹ ਸਾਡੇ 'ਤੇ ਹੱਸ ਰਿਹਾ ਸ਼ਰੇਆਮ ਕਿ ਮੈਂ ਤੁਹਾਨੂੰ ਬੇਵਕੂ ਬਣਾ ਚੁੱਕਾ ਵਾਂ। ਤੁਸੀਂ ਦੇਖੋ ਯੂਥ ਬੜੀ ਸਮਝਦਾਰ ਆ ਅੱਜ ਕੱਲ੍ਹ ਦੀ, ਦੇਖੋ ਬੜੇ ਯੁਵਾ ਪੜ੍ਹੀ ਲਿਖੀ ਆ ਰਹੀ ਆ, ਸਮਝਦਾਰ ਆ ਕਿ ਕਿਸੇ ਲੀਡਰ ਪਿੱਛੇ ਨਹੀਂ ਲੱਗਦੇ ਆ। ਇਹਨਾਂ ਨੇ ਆਪਣੇ ਕੰਮ ਦੇਖਣੇ ਆ, ਕੰਮ ਜਿਹੜੇ ਕੰਮ ਇਹਨਾਂ ਨੇ ਕੀਤੇ ਆ ਕੰਮ ਦੇਖਦੇ ਹੋਏ ਆਪਣਾ ਬੰਦਾ ਚੁਣੂਗੇ ਮੈਨੂੰ ਲੱਗਦਾ ਵਾ। ਅਤੇ ਮੈਂ ਆਸ ਰੱਖਦਾ ਵਾਂ ਕਿ ਇੱਦਾਂ ਲੀਡਰਾਂ ਨੂੰ ਆਪਾਂ ਨਾ ਪਿੰਡਾਂ 'ਚ ਬਣਾ ਦਈਏ ਨਾ ਘਰਾਂ 'ਚ ਬਣਾ ਦਈਏ ਕਿ ਜਿਹੜੇ ਧੋਖਾ ਆਪਣੀ ਪਾਰਟੀ ਨੂੰ ਦੇ ਸਕਦੇ ਆ, ਜਿਹੜੇ ਵੱਡੇ ਵੱਡੇ ਬਿਆਨ ਦਿੰਦੇ ਸੀਗੇ ਕਿ ਸਾਡੀ ਕਾਂਗਰਸ ਪਾਰਟੀ ਸਾਡੀ ਮਾਂ ਪਾਰਟੀ ਆ, ਉਹਨਾਂ ਨੂੰ ਦੁੱਖ ਦੇ ਦੇ ਤੁਹਾਨੂੰ ਨਹੀਂ ਬਖਸ਼ੂਗੇ ਮੈਨੂੰ ਲੱਗਦਾ। ਸੋ ਜਿੱਥੇ ਅੱਜ ਸਵੇਰ ਤੋਂ ਲਗਾਤਾਰ ਇਹ ਚਰਚਾ ਛਿੜੀ ਹੋਈ ਸੀ ਕਿ ਡਾਕਟਰ ਰਾਜ ਕੁਮਾਰ ਨੇ ਕਾਂਗਰਸ ਛੱਡ ਕੇ ਹੁਣ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ, ਉਹਨਾਂ ਨੂੰ ਹੁਣ ਅੱਗੇ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਉਹ ਲੋਕ ਸਭਾ ਦੇ ਇਲੈਕਸ਼ਨ ਵੀ ਲੜਨਗੇ? ਉੱਥੇ ਹੀ ਕਾਂਗਰਸ ਦੇ ਅਸੈਂਬਲੀ ਯੂਥ ਪ੍ਰਧਾਨ ਰਿਸ਼ੂ ਆਰੀਆ ਨਾਲ ਗੱਲ ਕੀਤੀ ਹੈ ਅਤੇ ਨਾਲ ਹੀ ਚੱਬੇਵਾਲ ਦੇ ਉਹਨਾਂ ਲੋਕਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਕਿ ਵੱਡੀਆਂ ਵੋਟਾਂ ਪਾ ਕੇ ਵੱਡਾ ਸਮਰਥਨ ਦੇ ਕੇ ਡਾਕਟਰ ਰਾਜ ਕੁਮਾਰ ਨੂੰ ਜਿਤਾਇਆ ਸੀ। ਹੁਣ ਦੇਖਣਾ ਇਹ ਹੈ ਕਿ ਲੋਕ ਸਭਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਰਾਜ ਕੁਮਾਰ ਇਲੈਕਸ਼ਨ ਲੜਦੇ ਹਨ ਤਾਂ ਲੋਕ ਕਿਵੇਂ ਦਾ ਸਮਰਥਨ ਦਿੰਦੇ ਹਨ, ਕਿਵੇਂ ਦਾ ਫਤਵਾ ਮਿਲਦਾ ਹੈ? ਕੈਮਰਾ ਪਰਸਨ ਕੁਲਦੀਪ ਕੱਕੜ ਦੇ ਨਾਲ ਯੋਗੇਸ਼ ਕੁਮਾਰ, ਪੀਟੀ ਨਿਊਜ਼, ਹੁਸ਼ਿਆਰਪੁਰ।